for watching NewsDNN. For latest national and international news updates, log on to newsdnntv.com. Or download our application NewsDNN from Google Play Store. ਇਹ ਨਾ ਜੀ 23-11 ਪਿਛਲੇ ਸਾਲ 2019 'ਚ ਨਾ ਜੀ ਸਾਡੇ ਇੱਥੇ ਮੰਨਾਪੁਰਮ ਪੈਂਦਾ ਜੀ ਗੋਲਡ ਲੋਨ ਫਾਈਨੈਂਸ ਕਰਦੇ ਹੈਗੇ ਇਹ ਔਰ ਇਹਦੇ ਵਿੱਚ 3 ਬੰਦੇ ਉਦਣ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਇੱਥੇ ਲੁੱਟ ਦੀ ਔਰ ਇਹ ਬੰਦਿਆਂ ਦੇ ਬੜਾ ਉਹਨਾਂ ਨੇ ਐਕਟਿਵਲੀ ਇਹਦੇ ਵਿੱਚ ਜਿਹੜਾ ਹੈਗਾ ਅੱਗੇ ਰਿਸਪੋਂਡ ਕੀਤਾ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਉੱਥੇ ਦੁਕਾਨ ਦੇ ਅੰਦਰ ਜਦੋਂ ਟੁੱਟਣ ਆਏ ਉਹਦਾ ਉਸੇ ਵੇਲੇ ਉਹਦਾ ਅਲਾਰਮ ਦਾ ਕਰਤਾ ਉਹਨਾਂ ਨੇ ਉਸੇ ਵੇਲੇ ਆਉਣ ਤਾਂ ਇਹ ਬੰਦੇ ਉੱਥੇ ਮੌਕੇ ਤੋਂ ਫਰਾਰ ਹੋ ਗਏ ਔਰ ਇਹ 3 ਦੋਸ਼ੀ ਸੀਗੇ ਇਹਨਾਂ ਦੇ ਜਿਹੜੀਆਂ ਹੈਗੀਆਂ ਆ CCTV ਫੁਟੇਜ ਤੋਂ ਤਾਂ ਹੋਰ ਸਾਡੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਮੌਕੇ ਦੀ ਤਫਤੀਸ਼ ਤੋਂ ਕੁਝ ਫੋਟੋਗ੍ਰਾਫਸ ਅਸੀਂ ਡਿਵੈਲਪ ਕਰਾ ਕੇ ਅੱਗੇ ਫਰਦਰ ਉਹਨਾਂ ਨੂੰ ਜਿਹੜਾ ਹੈਗਾ ਸਾਰੇ ਰੂਬਰੂ ਕੀਤਾ ਸੀ ਮੀਡੀਆ ਦੇ ਵੀ ਔਰ ਸਾਰੇ ਜਿਹੜਾ ਹੈਗਾ ਆਪਣੇ ਫਰਦਰ ਵੱਖਰੇ ਵੱਖਰੇ ਸ਼ੇਅਰ ਕੀਤਾ ਸੀ ਔਰ ਇਹਦੇ ਵਿੱਚ ਇਹ ਤਫਤੀਸ਼ ਜਦੋਂ ਅੱਗੇ ਚੱਲੀ ਤਾਂ ਇਹਦੇ ਵਿੱਚ ਇਹ ਤਿੰਨੋਂ ਹੀ ਦੋਸ਼ੀ ਤਾਂ ਨਾਲ ਜਿਹੜਾ ਮੋਟਰਸਾਈਕਲ ਹੈਗਾ ਤਾਂ 2 ਵੈਪਨ ਇਹਨਾਂ ਕੋਲ 32 ਬੋਰ ਦੇ ਜਿਹੜੇ ਪਿਸਟਲ ਹੈਗੇ ਆ ਉਹ ਅਸੀਂ ਰਿਕਵਰ ਕੀਤੇ ਆ ਨਾਲ ਜਿਹੜੇ ਲਾਈਵ ਕਾਰਟਰੀਜਸ ਸੀਗੇ ਉਹਨਾਂ ਕੋਲ 32 ਬੋਰ ਦੇ 4 ਉਹ ਅਸੀਂ ਰਿਕਵਰ ਕੀਤੇ ਹੈਗੇ ਆ ਔਰ ਇਹ ਇਹਨਾਂ ਕੋਲ ਇਹ ਜਿਹੜਾ ਇਹਨਾਂ 'ਚ 3 ਦੋਸ਼ੀ ਫੜੇ ਹੈਗੇ ਆ ਇੱਕ ਹੈਗਾ ਆ ਗਗਨਦੀਪ ਇੱਕ ਹੈਗਾ ਰਾਜ ਸਿੰਘ ਅਤੇ ਜਸਪਾਲ ਭੱਟੀ ਜਿਹੜਾ ਗਗਨਦੀਪ ਤਾਂ ਜਸਪਾਲ ਭੱਟੀ ਹੈਗਾ ਇਹ ਦੋਨੋਂ ਫਿਰੋਜ਼ਪੁਰ ਦੇ ਆ ਔਰ ਜਿਹੜਾ ਹੈਗਾ ਆ ਰਾਜ ਸਿੰਘ ਇਹ ਆਪਣੇ ਜਿਹੜਾ ਰਾਜ ਸਿੰਘ ਤਾਂ ਜਸਪਾਲ ਹੈਗਾ ਇਹ ਫਿਰੋਜ਼ਪੁਰ ਦੇ ਔਰ ਗਗਨਦੀਪ ਹੈਗਾ ਫਰੀਦਕੋਟ ਦਾ ਸੋ ਇਹ ਜਿਹੜਾ ਰਾਜ ਸਿੰਘ ਹੈਗਾ ਇੱਥੇ ਪਹਿਲਾਂ ਹੀ ਜਿਹੜਾ ਹੈਗਾ ਆ 11 ਮੁਕੱਦਮੇ ਦਰਜ ਲੁੱਟਾਂ ਖੋਹਾਂ ਦੇ ਔਰ ਪਿਛਲੇ ਸਾਲ ਇਹ 10ਵੇਂ ਮਹੀਨੇ 'ਚ ਜੇਲ੍ਹ 'ਚ ਬਾਹਰ ਆਇਆ ਸੀਗਾ ਔਰ ਇਹਦੇ 'ਚ ਵੈਪਨਸ ਦੇ ਇਲੀਗਲ ਆਰਮਸ ਦੇ ਔਰ ਲੁੱਟਾਂ ਦੇ ਜਿਹੜੇ ਪਹਿਲਾਂ ਮੁਕੱਦਮੇ ਦਰਜ ਹੋਏ ਸੀ ਸੋ ਇਹਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹ ਵਾਰਦਾਤ ਅਗਰ ਇਹਦੇ 'ਚ ਇਹ ਸੀਗਾ ਕਿ ਕਿਉਂਕਿ ਇਹ ਗੋਲਡ ਨਾਲ ਰਿਲੇਟਡ ਜਿਹੜਾ ਹੈਗਾ ਇਹ ਕਰਦੇ ਸੀਗੇ ਇਹ ਬੰਦੇ ਔਰ ਇਹਨਾਂ ਨੂੰ ਇੱਥੇ ਸੀਗਾ ਕਿ ਇੱਥੇ ਕਾਫੀ ਮਾਤਰਾ 'ਚ ਸਾਨੂੰ ਜਿਹੜਾ ਹੈਗਾ ਨਗਦੀ ਤਾਂ ਜਿਹੜਾ ਗੋਲਡ ਮਿਲ ਸਕਦਾ ਸੋ ਇਹ ਇਹਦੇ ਵਿੱਚ ਸਾਨੂੰ ਇਹਦੇ ਜਿਹੜੇ ਸਾਡੇ CIA ਜਿਹੜੀ ਫਰੀਦਕੋਟ ਹੈਗੇ ਆ ਇੰਸਪੈਕਟਰ ਇਕਬਾਲ ਨੇ ਇਹਨਾਂ ਦੀ ਟੀਮ ਨੇ ਟੈਕਨੀਕਲ ਸੈੱਲ ਨੇ ਅੱਜ ਇਹਨਾਂ ਨੂੰ ਜਿਹੜਾ ਹੈਗਾ ਹੁਣ ਅਰੈਸਟ ਕਰਕੇ ਤਾਂ ਇਹਨਾਂ ਦੀ ਫਰਦਰ ਅਸੀਂ ਅੱਗੇ ਰਿਮਾਂਡ ਲੈ ਕੇ ਪੁੱਛ ਗਿੱਛ ਕਰ ਰਹੇ ਹਾਂ ਸਰ ਰਾਜ ਸਿੰਘ ਤੋਂ ਇਲਾਵਾ ਜਿਹੜੇ 2 ਹੋਰ ਮੁਲਜ਼ਮ ਉਹਨਾਂ ਦੇ ਖਿਲਾਫ ਕੋਈ ਕਿਸੇ ਕਿਸਮ ਦਾ ਪਹਿਲਾਂ ਕੋਈ ਮਾਮਲਾ ਦਰਜ ਉਹਨਾਂ ਦੇ ਜਿਹੜੇ ਦੂਜੇ 2 ਹੈਗੇ ਜੀ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਅਸੀਂ ਜਿਹੜੀ ਤਫਤੀਸ਼ ਦੇ ਦੌਰਾਨ ਇੰਟਰੋਗੇਸ਼ਨ ਦੇ ਦੌਰਾਨ ਵੇਰੀਫਾਈ ਕਰਾਂਗੇ ਕਿਹੜੇ ਕਿਹੜੇ ਮੁਕੱਦਮੇ ਕੋਈ ਹੋਰ ਦਰਜ ਸੀਗੇ ਔਰ ਹੋਰ ਇਹਨਾਂ ਦਾ ਜਿਹੜਾ ਹੈਗਾ ਕ੍ਰਿਮੀਨਲ ਪਿਛੋਕੜ ਕਿੱਦਾਂ ਦਾ ਸੀਗਾ ਉਹ ਵੀ ਦੇਖੋ ਸਿੱਕੋ ਦਾ 2 ਜਿਸ ਤਰ੍ਹਾਂ ਸੇ ਇੱਕ ਮਹੂ ਦਾ ਔਰ ਮਾਛੀਵਾੜੀ ਦਾ ਕਿਸ ਤਰ੍ਹਾਂ ਇਹਨਾਂ ਦੇ ਆਪਸੀ ਸਬੰਧ ਇਹਨਾਂ ਦੇ ਕਾਇਮ ਇਹ ਕਾਫੀ ਪੁਰਾਣਾ ਇੱਕ ਦੂਜੇ ਨਾਲ ਜਾਣਦੇ ਆ ਜੀ ਔਰ ਇਹਨਾਂ ਦਾ ਜਿਹੜਾ ਹੈਗਾ ਆ ਇਹ ਐਕਚੁਅਲੀ ਕੀ ਹੈਗੀ ਆ ਜੇਲ੍ਹ 'ਚੋਂ ਤਾਂ ਪਲੱਸ ਇਹਨਾਂ ਦਾ ਆਪਣੀ ਜਿਹੜੀ ਹੈਗੀ ਆ ਪੁਰਾਣਾ ਜਿਹੜੇ ਹੈਗੇ ਆ ਕਾਫੀ ਦੇਰ ਦੇ ਇਹਨਾਂ ਦੀ ਆਪਸੀ ਰਿਲੇਸ਼ਨ ਬਣੇ ਬਣੇ ਹੋਏ ਔਰ ਕਿਉਂਕਿ ਇਹ ਇਨਫੋਰਮੇਸ਼ਨ ਪਾਸ ਔਨ ਕਰਨੀ ਔਰ ਕਿੱਥੇ ਇਦਾਂ ਦੀ ਮੂਵਮੈਂਟ ਹੋ ਰਹੀ ਆ ਪੈਸੇ ਦੀ ਜਾਂ ਗੋਲਡ ਦੀ ਔਰ ਉਹਦੀ ਰੈਕੀ ਕਰਨੀ ਫਿਰ ਉਸ ਤੋਂ ਬਾਅਦ ਉਹਦਾ ਪਲਾਨ ਕਰਨਾ ਐਗਜ਼ੀਕਿਊਟ ਕਰਨਾ ਉਹਨੂੰ ਇਹ ਸਾਰਾ ਇਹਨਾਂ ਰਲ ਮਿਲ ਕੇ ਜਿਹੜਾ ਪਲੈਨਿੰਗ ਕੀਤੀ ਉਹ ਹੁਣ ਤਫਤੀਸ਼ ਦੇ ਵਿੱਚ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਕਿਹੜੇ ਕਿਹੜੇ ਇੱਕ ਲੋਕਲ ਜਿਹੜਾ ਬੰਦਾ ਹੈਗਾ ਸਾਡਾ ਇੱਥੇ ਦਾ ਮੁੰਡਾ ਨਾਲ ਸੀਗਾ ਅਤੇ ਕਿੱਦਾਂ ਕਿੱਦਾਂ ਹੋਇਆ ਪਹਿਲਾਂ ਵੀ ਸਾਡੇ ਇੱਕ ਫਰੀਦਕੋਟ 'ਚ ਵਾਰਦਾਤ ਹੋਈ ਸੀ ਤਕਰੀਬਨ ਉਹਦੇ ਵਿੱਚ ਕਿੰਨਾ ਸੀਗਾ ਜੀ ਅਮਾਊਂਟ ਜਿਹੜਾ 10 ਲੱਖ ਪਤਾ ਨਹੀਂ ਕਿੰਨੀ ਵਾਰਦਾਤ ਸੀਗੀ ਉਹ ਵੀ ਅਸੀਂ ਸਾਨੂੰ ਉਹ ਵੀ ਇਨਫੋਰਮੇਸ਼ਨ ਮਿਲੀ ਆ ਕੁਛ ਵੀ ਇਹ ਬੰਦਾ ਇਨਵੋਲਵ ਸੀਗਾ ਉਹ ਅਸੀਂ ਹਾਲੀ ਇਨਵੈਸਟੀਗੇਸ਼ਨ ਚੈੱਕ ਕੇ ਆਉਣਗੀਆਂ ਚੀਜ਼ਾਂ ਸਰ ਜਿਹੜੀ ਫਾਈਨੈਂਸ ਕੰਪਨੀ ਹੈ ਅਤੇ ਜਿਹੜੇ ਲੋਕ ਦੇ ਅਟੈਂਪਟ ਕੀਤੀ ਸੀ ਕੀ ਉਹਦੇ 'ਚ ਕੋਈ ਕੰਪਨੀ ਦਾ ਕੋਈ ਨੁਕਸਾਨ ਵੀ ਹੋਇਆ ਸੀ ਕਿਸੇ ਕਿਸਮ ਦਾ ਜਾਂ ਕੋਈ ਨਹੀਂ ਜੀ ਉਹਦੇ ਵਿੱਚ ਉਹਨੂੰ ਔਰ ਬੜਾ ਉਹਨਾਂ ਨੇ ਬੜਾ ਅੱਛਾ ਉਸ ਵੇਲੇ ਰਿਐਕਟ ਕੀਤਾ ਤਾਂ ਅਦਰਵਾਈਜ਼ ਇਹ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਕਿਉਂਕਿ ਉਹਨਾਂ ਨੂੰ ਇੱਥੇ ਉਹਨਾਂ ਨੇ ਇਸੇ ਪਲਾਨ ਨਾਲ ਆਏ ਸੀ ਕਿ ਕਾਫੀ ਜ਼ਿਆਦਾ ਇਹਨਾਂ ਕੋਲ ਗੋਲਡ ਔਰ ਜਿਹੜਾ ਹੈਗਾ ਕੈਸ਼ ਉੱਥੇ ਹੁੰਦਾ ਆ ਪਿੱਛੇ ਜਿੱਦਾਂ ਹੋਰ ਵੀ ਤੁਸੀਂ ਦੇਖੀਆਂ ਇਹਨਾਂ ਇੱਦਾਂ ਦੀਆਂ ਫਾਈਨੈਂਸ ਕੰਪਨੀਆਂ 'ਤੇ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਪਹਿਲਾਂ ਵੀ ਇੱਦਾਂ ਦੇ ਅਟੈਂਪਟ ਸੀ ਆ ਉਹਨਾਂ ਨੇ ਅੰਜਾਮ ਦਿੱਤਾ ਹੈਗਾ ਹਾਂਜੀ ਇਹ ਦੋਨੋਂ 32 ਬੋਰ ਦੇ ਜੀ ਪਿਸਟਲ ਕੰਟਰੀ ਮੇਡ ਹੈਗੇ ਜੀ ਦੋਨੋਂ 32 ਬੋਰ ਦੇ ਆ ਔਰ ਫਰਦਰ ਅਸੀਂ ਜਿੱਥੋਂ ਇਹਦਾ ਓਰੀਜਨ ਪਿੱਛੋਂ ਇਹ ਕਿੱਥੋਂ ਆਏ ਔਰ ਕਿੱਦਾਂ ਕਿੱਦਾਂ ਇਹ ਕਿਹੜੀ ਕਿਹੜੀ ਜਗ੍ਹਾ 'ਤੇ ਕਿਹੜੇ ਹੱਥਾਂ 'ਚ ਅੱਗੇ ਰਹੇ ਹੈਗੇ ਆ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਕੇ ਅਸੀਂ ਇਹਦੀ ਇਨਵੈਸਟੀਗੇਸ਼ਨ 'ਚ ਪ੍ਰੋਪਰ ਚੀਜ਼ਾਂ ਲੱਗ ਹਾਂਜੀ ਮੋਟਰਸਾਈਕਲ ਜਿਹੜਾ ਯੂਜ਼ ਕੀਤਾ ਹੈਗਾ ਕ੍ਰਾਈਮ 'ਚ ਮੋਟਰਸਾਈਕਲ ਉਹ ਬਰਾਮਦ ਹੋ ਗਿਆ
Subscribe to our YouTube channel News DNN by clicking the bell icon. Don't forget to like, comment and share.